ਅਸੀਂ ਲੋਕਾਂ ਨੂੰ ਅਸੀਂ ਮਿਲ ਰਹੇ ਹਾਂ, ਲੋਕਾਂ ਦਾ ਵਿਚਾਰ ਸੁਣ ਰਹੇ ਹਾਂ, ਵਰਕਰਾਂ ਨਾਲ ਫੋਟੋਆਂ ਲੈ ਰਹੇ ਹਾਂ, ਉਹ ਸਾਡੀ ਟੀਮ ਦੇ ਮੈਂਬਰ ਹੈ। ਥੈਂਕ ਯੂ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਦੱਖਣੀ ਦੀ ਜਿਹੜੀ ਮਿਲਣੀ ਵਰਕਰ ਮੀਟਿੰਗ ਆ, ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਹਲਕਾ ਦੱਖਣੀ ਦੇ ਇੰਚਾਰਜ ਜਥੇਦਾਰ ਹੀਰਾ ਸਿੰਘ ਜੀ ਗਾਬੜੀਆ, ਸਾਬਕਾ ਕੈਬਨਿਟ ਮੰਤਰੀ ਜਿਨ੍ਹਾਂ ਦੀ ਦੇਖ ਰੇਖ ਵਿੱਚ ਅੱਜ ਵਰਕਰਾਂ ਦੀ ਮੀਟਿੰਗ ਹੋ ਰਹੀ ਆ। ਇਕੱਲੀ ਇਕੱਲੀ ਵਾਰਡ ਦੀ ਜਿਹੜੀ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇਕੱਲੀ ਇਕੱਲੀ ਵਾਰਡ ਦੇ ਵਰਕਰਾਂ ਨੂੰ ਮਿਲ ਕੇ ਮੁਸ਼ਕਲਾਂ ਅਤੇ ਉਹਨਾਂ ਦੇ ਨਾਲ ਜੋ ਵਿਚਾਰ ਨੇ ਕਰ ਰਹੇ ਨੇ, ਜੋ ਅੱਜ ਇਹ ਗਿੱਲ ਗਾਰਡਨ ਦੀ ਮੀਟਿੰਗ ਆ, ਇਸ ਦੇ ਵਿੱਚ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਨੂੰ ਹੰਗਾਰਾ ਮਿਲਿਆ ਅਤੇ ਵਰਕਰਾਂ 'ਚ ਬੜਾ ਉਤਸ਼ਾਹ ਹੈ। ਆਪੋ ਆਪਣੀਆਂ ਵਾਰਡਾਂ ਦੇ ਵਿੱਚ ਵੱਧ ਤੋਂ ਵੱਧ ਵਰਕਰ ਜਿਹੜੇ ਇੱਥੇ ਪਹੁੰਚੇ ਨੇ, ਅਤੇ ਅੱਜ ਅਸੀਂ ਵੀ ਵਾਰਡ ਨੰਬਰ 36 ਵੱਲੋਂ ਜਿੰਨੇ ਵੀ ਸਾਡੇ ਸਮੂਹ ਵਰਕਰ ਆਏ ਨੇ ਸਾਰਿਆਂ ਨੂੰ ਅਸੀਂ ਧੰਨਵਾਦ ਵੀ ਕਰਦੇ ਹਾਂ ਅਤੇ ਵਧਾਈ ਵੀ ਦਿੰਦੇ ਹਾਂ ਕਿ ਜਿਨ੍ਹਾਂ ਨੇ ਅੱਜ ਆ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਵਿਚਾਰ ਵੀ ਸੁਣੇ ਅਤੇ ਇਸ ਜਿਹੜੀ ਆਉਣ ਵਾਲੀ ਜਿਹੜੀ ਆਪਣੀ ਲੋਕ ਸਭਾ ਉਹਦੇ ਵਾਸਤੇ ਜੋ ਰਣਨੀਤੀ ਪ੍ਰਧਾਨ ਜੀ ਤਿਆਰ ਕੀਤੀ ਉਹਦੇ 'ਤੇ ਪੂਰਾ ਪਹਿਰਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦੱਖਣੀ ਹਲਕੇ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵਰਕ ਮੀਟਿੰਗ ਰੱਖੀ ਆ, ਇੱਦਾਂ ਦੀਆਂ ਮੀਟਿੰਗਾਂ ਪੂਰੇ ਪੰਜਾਬ 'ਚ ਕੀਤੀਆਂ ਨੇ ਅਤੇ ਆਹ ਇਕੱਠ ਦੇਖ ਕੇ ਇਹ ਲੱਗਦਾ ਵੀ ਸਰਕਾਰ ਹੁਣ ਵੀ ਅਕਾਲੀ ਦਲ ਦੀ ਆਈ ਪਈ ਆ, ਕਿਉਂਕਿ ਕਾਂਗਰਸ ਤੋਂ ਲੋਕ ਇੰਨੇ ਕੁ ਤੰਗ ਨੇ, ਹੁਣ ਤੱਕ ਉਹਨਾਂ ਨੇ ਕੋਈ ਇੱਟ ਵੀ ਨਹੀਂ ਲਾਈ ਅਤੇ ਝੂਠੇ ਲਾਰੇ ਲਾਏ ਨੇ, ਕਿਤੇ ਕੁਛ ਕਹਿੰਦੇ ਕਿਤੇ ਕੁਛ ਕਹਿੰਦੇ ਸੀ। ਮੈਨੂੰ ਲੱਗਦਾ ਵੀ ਲੋਕ ਪਛਤਾਉਂਦੇ ਪਏ ਨੇ ਵੀ ਅਸੀਂ ਕਾਂਗਰਸ ਸਰਕਾਰ ਨੂੰ ਵੋਟਾਂ ਪਾਈਆਂ ਤੇ ਪਾ ਕੇ ਗਲਤੀ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਹਰਜੀਤ ਤੁਗਰੀ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।